ਅੱਜ ਦੇ ਸੈਗਮੈਂਟ ਵਿੱਚ ਮੇਰਾ ਸਾਥ ਦੇਣਗੇ ਮਨਜੀਤ ਸੰਧੂ ਜਿਹੜੇ ਸਾਡੇ ਮਹਿਮਾਨ ਨੇ ਸਾਊਥ ਏਸ਼ੀਅਨ ਫੈਮਿਲੀ ਐਸੋਸੀਏਸ਼ਨ ਤੋਂ। ਇਹ ਉੱਥੇ ਵਾਈਸ ਪ੍ਰੈਜ਼ੀਡੈਂਟ ਨੇ ਅਤੇ ਇਹ ਸੰਸਥਾ ਵੱਲੋਂ ਹਮੇਸ਼ਾ ਹੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਫੈਮਿਲੀਜ਼ ਵਾਸਤੇ ਕੁਝ ਨਾ ਕੁਝ ਐਸੇ ਉਪਰਾਲੇ ਕੀਤੇ ਜਾਣ ਜਿਨ੍ਹਾਂ ਦੇ ਤਹਿਤ ਉਹਨਾਂ ਦੀ ਐਂਟਰਟੇਨਮੈਂਟ ਹੋ ਸਕੇ ਅਤੇ ਨਾਲ ਹੀ ਉਹਨਾਂ ਨੂੰ ਕੋਈ ਨਾ ਕੋਈ ਮੈਸੇਜ ਵੀ ਦਿੱਤਾ ਜਾ ਸਕੇ। ਮੂਵੀ ਅੰਡਰ ਦਾ ਸਟਾਰਸ ਪਿਛਲੇ ਤਕਰੀਬਨ 10 ਸਾਲਾਂ ਤੋਂ ਹਰ ਸਾਲ ਆਯੋਜਿਤ ਕੀਤੀ ਜਾਂਦੀ ਹੈ ਸੈਫਾ ਵੱਲੋਂ। ਇਸ ਸਾਲ ਵੀ ਇਹ ਪ੍ਰੋਗਰਾਮ ਦਾ ਜੋ ਆਯੋਜਨ ਕੀਤਾ ਜਾ ਰਿਹਾ ਸਰੀ ਵਿੱਚ, ਉਸ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ ਮਨਜੀਤ ਸੰਧੂ ਜੀ ਨਾਲ। ਪਹਿਲਾਂ ਜਦੋਂ ਅਸੀਂ ਸਾਫਾ ਸਾਊਥ ਏਸ਼ੀਅਨ ਫੈਮਿਲੀ ਐਸੋਸੀਏਸ਼ਨ ਸ਼ੁਰੂ ਕੀਤੀ ਸੀ ਅਤੇ ਮੇਨਲੀ ਸੀਗਾ ਕਿ ਅਸੀਂ ਆਪਣਾ ਕਲਚਰ ਮੇਨ ਸਟ੍ਰੀਮ ਤੋਂ ਲੈ ਕੇ ਜਾਣਾ, ਕਿਉਂਕਿ ਆਪਣਾ ਕਲਚਰ ਇੰਨਾ ਰਿਚ ਆ। ਉਸ ਵੇਲੇ ਨੈਗੇਟਿਵ ਕਾਫੀ ਆਪਣੇ ਬਾਰੇ ਕਿਹਾ ਜਾਂਦਾ ਸੀ, ਸੋ ਵੀ ਵਾਂਟਡ ਟੂ ਸ਼ੋਕੇਸ ਸਮਥਿੰਗ ਤਾਂ ਕਿ ਪੋਜ਼ਿਟਿਵ ਆਪਣੀ ਕਮਿਊਨਿਟੀ 'ਚ ਹੋਵੇ। ਅਤੇ ਕਰਦੇ ਕਰਦੇ ਫਿਰ ਸਾਡਾ ਪ੍ਰੋਗਰਾਮ ਵਧਣ ਲੱਗ ਪਿਆ ਅਤੇ ਫਿਰ ਅਸੀਂ ਕਿਹਾ ਕਿ ਮੂਵੀ ਵੀ ਸ਼ੋਅ ਕਰਨੀ ਚਾਹੀਦੀ ਆ। ਇਫ ਯੂ ਤੁਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਕਮਿਊਨਿਟੀਜ਼ ਪਾਰਕ ਦੇ ਵਿੱਚ ਮੂਵੀਜ਼ ਲਗਾਉਣੀਆਂ, ਅਤੇ ਅਸੀਂ ਕਿਹਾ ਕਿ ਸਾਡੀਆਂ ਵੀ ਮੂਵੀ ਕਾਫੀ ਅੱਛੀਆਂ ਹੈਗੀਆਂ ਨੇ ਐਂਡ ਮੈਸੇਜ ਵੀ ਕਈਆਂ ਦੇ ਬਹੁਤ ਅੱਛੇ ਨੇ, ਸੋ ਅਸੀਂ ਫਿਰ ਫੰਡਿੰਗ ਸਾਨੂੰ ਥੋੜ੍ਹੀ ਜਿਹੀ ਮਿਲ ਗਈ ਅਤੇ ਅਸੀਂ ਸ਼ੁਰੂ ਕੀਤਾ ਉਦੋਂ। ਅਤੇ ਪਹਿਲੀ ਮੂਵੀ ਅਸੀਂ ਸ਼ੋਲੇ ਦਿਖਾਈ ਸੀ, ਲੰਬੀ ਮੂਵੀ ਸੀ ਪਰ ਫਿਰ ਵੀ ਲੋਕਾਂ ਨੇ ਕਾਫੀ ਬੈਠੇ ਰਹੇ 12 ਵਜੇ ਤੱਕ। ਹਾਂਜੀ ਹਾਂ, ਸੋ ਬੇਸਿਕਲੀ ਮੂਵੀ ਅੰਡਰ ਦਾ ਸਟਾਰਸ ਹੈ ਕਿ ਜੀ ਓਪਨ ਫੀਲਡ ਦੇ ਵਿੱਚ ਤੁਸੀਂ ਪ੍ਰੋਜੈਕਟਰ ਰਹੀ ਕਰਦੇ ਹੋ, ਪਰ ਇਹਦਾ ਬੇਸਿਕ ਜਿਹੜਾ ਫਿਲਮ ਤਾਂ ਇੱਕ ਐਸਪੈਕਟ ਹੈਗਾ, ਪਰ ਤੁਹਾਡਾ ਮੇਨ ਮੋਟਿਵ ਤਾਂ ਹੈਗਾ ਕਿ ਲੋਕ ਇਕੱਠੇ ਹੋਣ, ਫੈਮਿਲੀਜ਼ ਆ ਸਕਣ। ਹਾਂਜੀ, ਹਾਊ ਸਕਸੈਸਫੁਲ ਹੈਵ ਯੂ ਬੀਨ ਇਨ ਦੈਟ? ਮੇਰੇ ਖਿਆਲ ਤਾਂ ਕਾਫੀ ਸਕਸੈਸਫੁਲ, ਕਿਉਂਕਿ ਸਾਡਾ ਇੱਕ ਮਕਸਦ ਸੀਗਾ ਕਿ ਪਿੰਡ ਦਾ ਮਾਹੌਲ ਕ੍ਰੀਏਟ ਕਰਨਾ, ਕਿਉਂਕਿ ਪਿੰਡਾਂ ਦੇ ਵਿੱਚ ਅੱਗੇ ਪਹਿਲਾਂ ਸਕਰੀਨਾਂ ਨਹੀਂ ਸੀ ਹੁੰਦੀਆਂ ਅਤੇ ਕਦੇ ਮੇਲੇ ਵਾਂਗੂ ਆਉਣਾ ਅਤੇ ਉੱਥੇ ਸਕਰੀਨ ਲੱਗਣੀ ਅਤੇ ਸਾਰਿਆਂ ਨੇ ਦੇਖ ਕੇ ਮੂਵੀ ਦੇਖਣੀ ਅਤੇ ਨਾਲੇ ਫੈਮਲੀਆਂ ਇਕੱਠੀਆਂ ਹੁੰਦੀਆਂ ਸੀ, ਸਾਡਾ ਇਹ ਵੀ ਇੱਕ ਮਕਸਦ ਸੀਗਾ। ਅਤੇ ਅਸੀਂ ਸਟਾਲੀ ਪਾਰਕ 'ਚ ਵੀ ਕਰ ਚੁੱਕੇ ਹਾਂ, ਅਸੀਂ ਜਾਗਪੁਰ ਪਲਾਜ਼ਾ 'ਚ ਵੀ ਕਰ ਚੁੱਕੇ ਹਾਂ ਐਂਡ ਕਾਫੀ ਬੰਦੇ ਆਉਂਦੇ ਆ ਐਂਡ ਯੂ ਨੋ ਪਿਕਨਿਕ ਲੈ ਆਉਂਦੇ ਆ, ਕਿਉਂਕਿ ਅਸੀਂ ਵੀ ਸਟਾਰਟ ਅਰਾਊਂਡ 6 o'clock, ਕਿਉਂਕਿ ਸਾਡਾ ਮਕਸਦ ਹੈ ਕਿ ਉਹ ਪਹਿਲਾਂ ਆਣ ਕੇ ਪਿਕਨਿਕ ਲਿਆ ਕੇ ਆਪਣੀਆਂ ਫੈਮਲੀਆਂ ਨਾਲ ਟਾਈਮ ਸਪੈਂਡ ਕਰਨ ਅਤੇ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨ, ਫਿਰ ਮੂਵੀ ਲੱਗ ਜਾਂਦੀ ਆ। ਐਂਡ ਸਾਡਾ ਏਮ ਤਾਂ ਇਹੀ ਰਿਹਾ ਕਿ ਕੋਈ ਨਾ ਕੋਈ ਸੋਸ਼ਲ ਮੈਸੇਜ ਮੂਵੀ ਤੋਂ ਹੋਵੇ। ਸੋ ਇਹ ਜਿਹੜਾ ਹੁਣ ਤੁਸੀਂ ਐਤਕੀ ਪ੍ਰੋਗਰਾਮ ਕਰ ਰਹੇ ਹੋ, ਹਰ ਸਾਲ ਤੁਹਾਡਾ ਇਹ ਹੁੰਦਾ ਜੀ? ਹਾਂਜੀ। ਐਤਕੀ ਕਿਹੜੀ ਤਰੀਕ ਨੂੰ ਅਤੇ ਕਿੱਥੇ ਇਹ ਫਿਲਮ ਵੇਖਣ ਨੂੰ ਲੋਕ ਜਾ ਸਕਦੇ? ਹਾਂਜੀ, 10 August ਤਰੀਕ ਨੂੰ ਫਰਾਈਡੇ ਨਾਈਟ ਹੋ ਰਿਹਾ ਅਤੇ ਨਿਊਟਨ ਐਥਲੈਟਿਕ ਪਾਰਕ ਦੇ ਵਿੱਚ ਹੋ ਰਿਹਾ ਹੈ, ਸਰੀ ਦੇ ਵਿੱਚ। ਅਤੇ ਇਹ 6 o'clock ਸ਼ੁਰੂ ਹੋਵੇਗਾ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਪਿਕਨਿਕ, ਯੂ ਨੋ, ਸਾਰਿਆਂ ਨੂੰ ਇਨਕਰੇਜ ਕਰਦੇ ਕਿ ਆਪਣੀ ਪਿਕਨਿਕ ਲੈ ਕੇ ਆਓ, ਲੋਨ ਚੇਅਰਸ, ਮੈਟਸ, ਜੋ ਵੀ ਤੁਸੀਂ ਜਿੱਥੇ ਬੈਠਣਾ ਪਸੰਦ ਕਰੋਗੇ ਅਤੇ ਬੱਚਿਆਂ ਨਾਲ ਲੈ ਕੇ ਆਓ। ਅਤੇ ਪਹਿਲਾਂ ਇਹ ਥੋੜ੍ਹਾ ਬਹੁਤਾ ਮਨੋਰੰਜਨ ਵੀ ਹੋਏਗਾ ਉੱਥੇ ਅਤੇ ਫਿਰ ਮੂਵੀ 8 o'clock ਸਟਾਰਟ ਹੋ ਜਾਣੀ ਆ। ਓਕੇ, ਹਾਂਜੀ, 10 August ਨੂੰ ਨਿਊਟਨ ਐਥਲੈਟਿਕ ਪਾਰਕ ਵਿੱਚ। ਹਾਂਜੀ, ਜਿਹੜਾ ਤੁਹਾਡਾ ਪੁਰਾਣਾ ਐਕਸਪੀਰੀਅੰਸ ਰਿਹਾ ਜਿਹਦੇ 'ਚ ਕਿ ਤੁਸੀਂ ਜਿਸ ਤਰ੍ਹਾਂ ਕਿਹਾ ਜੈਕਪੁਰ ਪਲਾਜ਼ਾ ਗਏ, ਸਟੈਨਲੀ ਪਾਰਕ ਗਏ, ਪਰ ਹੁਣ ਸਰੀ 'ਤੇ ਫੋਕਸ ਹੈ। ਹਾਂਜੀ, ਕਿਸ ਤਰ੍ਹਾਂ ਦਾ ਮਾਹੌਲ ਇਹੋ ਜਿਹੇ ਇਵੈਂਟਸ 'ਤੇ ਤੁਹਾਨੂੰ ਵੇਖਣ ਨੂੰ ਪਿਛਲੇ ਸਾਲਾਂ 'ਚ ਮਿਲ ਰਿਹਾ ਜੀ? ਬਹੁਤ ਵਧੀਆ, ਬਹੁਤ ਸਾਰੀਆਂ ਫੈਮਲੀਜ਼ ਆਉਂਦੀਆਂ ਨੇ ਜੀ ਐਂਡ ਆਪਣੇ ਛੋਟੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਂਦੀਆਂ ਨੇ ਐਂਡ ਬਲੈਂਕਟ ਲੈ ਕੇ ਆ ਜਾਂਦੇ, ਕਿਉਂਕਿ ਥੋੜ੍ਹਾ ਜਿਹਾ ਠੰਡ ਹੋਣ ਲੱਗ ਪੈਂਦੀ 11 o'clock। ਅਤੇ ਬਹੁਤ ਸਾਰੇ ਮੇਨ ਸਟ੍ਰੀਮ ਪੀਪਲ ਆਣ ਕੇ ਬੈਠ ਕੇ ਦੇਖਦੇ ਨੇ, ਬਿਕਾਜ਼ ਫਿਰ ਵੀ ਅੰਡਰ ਦਾ ਸਟਾਰਸ ਮੂਵੀ ਦੇਖਣੀ, ਬਹੁਤ ਖੁੱਲ੍ਹੇ ਮਾਹੌਲ ਦੇ ਵਿੱਚ ਦੇਖਣੀ, ਤਾਂ ਇਟਸ ਵੈਰੀ ਬਿਊਟੀਫੁਲ ਐਂਡ ਪੀਪਲ ਇੰਜੋਏ ਇਟ। ਸੋ ਯੂ ਵਿਲ ਰეკਮੈਂਡ ਪੀਪਲ ਟੂ ਗੈਟ ਦੇਅਰ ਚੇਅਰਸ ਐਂਡ ਐਵਰੀਥਿੰਗ, ਸਾਰਾ ਸਮਾਨ ਲੈ ਕੇ? ਹਾਂਜੀ, ਕਮ ਅਰਲੀ ਟੂ ਗੈਟ ਦ ਬੈਸਟ ਸੀਟ, ਰਾਈਟ ਰਾਈਟ ਐਂਡ ਉੱਥੇ ਫੂਡ ਵੀ ਹੋਏਗਾ, ਫੂਡ ਵੈਂਡਰਸ ਹੈਗੇ ਨੇ ਸਾਡੇ। ਹਾਂਜੀ, ਅਤੇ ਹੋਰ ਥੋੜ੍ਹਾ ਬਹੁਤ ਮਿਊਜ਼ਿਕ ਦਾ ਵੀ ਪ੍ਰਬੰਧ ਹੋਏਗਾ ਅਤੇ ਉੱਥੇ ਫਿਰ ਥੋੜ੍ਹੀਆਂ ਜਿਹੀਆਂ ਸਟਾਲਸ ਵੀ ਲੱਗੇ ਹੋਣਗੇ ਜੇ ਕਿਸੇ ਨੇ ਥੋੜ੍ਹਾ ਬਹੁਤਾ ਕੁਛ ਲੈਣਾ ਜਾਂ ਇਸ ਵੀ ਟਰਾਈ ਟੂ ਕ੍ਰੀਏਟ ਇਟ ਲਾਈਕ ਅ ਰੀਅਲੀ ਫੈਮਲੀ ਇਵੈਂਟ। ਹਾਂਜੀ, ਵੰਡਰਫੁਲ ਜੀ। ਸੋ ਪੂਰੀ ਆਸ ਹੈ ਕਿ ਜਿਸ ਤਰ੍ਹਾਂ ਹਰ ਸਾਲ ਲੋਕ ਵੱਧ ਚੜ੍ਹ ਕੇ ਆਉਂਦੇ ਨੇ, ਇਸ ਸਾਲ ਵੀ 10 August ਨੂੰ ਸ਼ਾਮ ਦੇ 6 o'clock ਨਿਊਟਨ ਐਥਲੈਟਿਕ ਪਾਰਕ ਵਿੱਚ ਲੋਕ ਆ ਕੇ
3 Idiots film ਦਾ ਆਨੰਦ ਮਾਣਨਗੇ। ਥੈਂਕ ਯੂ ਐਂਡ ਬੈਸਟ ਫੋਰ ਸ਼ੋਰ। ਥੈਂਕ ਯੂ। ਹਾਂਜੀ, ਥੈਂਕ ਯੂ।